बीसी ਦੀ ਫਾਈਨੈਂਸ ਮਿਨਿਸਟਰ ਕੈਰਲ ਜੇਮਸ ਨੇ ਇੱਕ ਨਵਾਂ ਐਮਰਜੈਂਸੀ ਆਰਡਰ ਜਾਰੀ ਕੀਤਾ ਜਿਹਦੇ ਨਾਲ ਉਹਨਾਂ ਸਮਾਲ ਬਿਜ਼ਨਸ ਓਨਰਸ ਨੂੰ ਥੋੜੀ ਬਹੁਤ ਰਾਹਤ ਮਿਲੇਗੀ ਜਿਹੜੇ ਕਿ ਕਿਰਾਏ ਦੀ ਥਾਂ ਤੋਂ ਆਪਣਾ ਬਿਜ਼ਨਸ ਆਪਰੇਟ ਕਰਦੇ ਨੇ। ਇਹ ਜਿਹੜਾ ਫੈਡਰਲ ਸਰਕਾਰ ਵੱਲੋਂ ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਂਟਲ ਅਸਿਸਟੈਂਸ ਪ੍ਰੋਗਰਾਮ ਸੀ ਇਕਰਾ ਜਿਹੜਾ ਲਾਂਚ ਕੀਤਾ ਗਿਆ ਸੀ ਜਿਹਦੇ ਨਾਲ ਜਿਹੜੇ ਸਮਾਲ ਬਿਜ਼ਨੈਸਸ ਨੇ ਜਿਨ੍ਹਾਂ ਦਾ ਰੈਵਨਿਊ 70% ਦੀ ਡਿਕਲਾਈਨ ਹੋਇਆ ਜਾਂ ਫਿਰ ਉਹਨਾਂ ਦਾ ਬਿਜ਼ਨਸ ਬੰਦ ਹੋ ਗਿਆ ਤੇ ਉਹ ਮੈਕਸਿਮਮ ਜੇ ਰੈਂਟ 50000 ਡਾਲਰਸ ਪਰ ਮਾਸ ਦਾ ਦਿੰਦੇ ਨੇ ਤੇ ਉਹਨਾਂ ਦਾ ਐਨੂਅਲ ਰੈਵਨਿਊ 20 ਮਿਲੀਅਨ ਤੋਂ ਘੱਟ ਹੈ ਜੀ ਤਾਂ ਉਹਨਾਂ ਲਈ ਇਹ ਰਾਹਤ ਸੀ ਕਿ ਰੈਂਟ ਜਿਹੜਾ ਸੀ ਉਹ ਅਪ ਟੂ 75% ਮਾਫ ਹੋ ਜਾਣਾ ਸੀ ਜੀ ਉਹਦੇ ਵਿੱਚੋਂ 50% ਦੀ ਜਿਹੜਾ ਕੰਟਰੀਬਿਊਸ਼ਨ ਸਰਕਾਰ ਦਾ ਰਹਿਣਾ ਸੀ ਤੇ 25% ਐਕਸਪੈਕਟ ਕੀਤਾ ਜਾ ਰਿਹਾ ਸੀ ਓਨਰ ਵੱਲੋਂ ਬੇਸਿਕਲੀ ਲੈਂਡਲੋਰਡ ਡਿਸਕਾਊਂਟ ਦੇ ਦੇਗਾ 25% ਦਾ ਐਗਜੈਕਟਲੀ ਪਰ ਇਹ ਪ੍ਰੋਗਰਾਮ ਇਹਦੀ ਸ਼ੁਰੂ ਤੋਂ ਹੀ ਕਾਫੀ ਨਖੇਦੀ ਹੁੰਦੀ ਆਈ ਹੈ ਇਹਨੂੰ ਬੜਾ ਕੰਪਲਿਕੇਟਿਡ ਦੱਸਿਆ ਗਿਆ ਪ੍ਰੋਗਰਾਮ ਨੂੰ ਕੰਪਲਿਕੇਟਿਡ ਇੱਕ ਤੇ ਇਸ ਕਰਕੇ ਹੈ ਨਾ ਕਿ ਜਿਹੜਾ ਦਾ ਐਪਲੀਕੇਸ਼ਨ ਦਾ ਪ੍ਰੋਸੈਸ ਹੈ ਉਹਦਾ ਕੰਟਰੋਲ ਟੈਨੈਂਟ ਦੇ ਹੱਥ ਵਿੱਚ ਨਹੀਂ ਹੈ ਪ੍ਰੋਸੈਸ ਸ਼ੁਰੂ ਕਰਨਾ ਲੈਂਡਲੋਰਡ ਨੇ ਤੇ ਲੈਂਡਲੋਰਡ ਦਾ ਇਹ ਮੰਨਣਾ ਸੀ ਕਈਆਂ ਦਾ ਉਹ ਕਹਿੰਦੇ ਵੀ ਸਾਨੂੰ 25% ਕਿਰਾਇਆ ਛੱਡਣਾ ਪੈਣਾ ਮੈਨੂੰ ਕੀ ਫਾਇਦਾ ਇਹ ਕਰਕੇ ਵੀ ਕਿਰਾਇਆ ਲਾऊं ਮੈਨੂੰ ਨਹੀਂ ਇਹ ਬੈਨੀਫਿਟ ਚਾਹੀਦਾ ਜਾਂ ਫਿਰ ਮੈਂ ਜੇ ਮੈਨੂੰ ਮੇਰਾ ਟੈਨੈਂਟ ਕਿਰਾਇਆ ਨਹੀਂ ਦਿੰਦਾ ਤਾਂ ਉਹਨੂੰ ਚਲਦਾ ਕਰ ਦਵਾਂ ਉਹਨੂੰ ਮੈਂ ਚਲਦਾ ਕਰ ਦੂੰ ਇਵਿਕਟ ਕਰ ਦੂੰ ਹੁਣ ਇਹਦੇ ਵਿੱਚ ਇੱਕ ਹੋਰ ਵਿਸ਼ੇ ਬੜੀ ਪ੍ਰੋਬਲਮ ਸੀ ਕਿ ਇੱਕ ਹੋਰ ਵੱਡਾ ਕਾਰਨ ਸੀ ਜਿਹਦੇ ਕਰਕੇ ਲੈਂਡਲੋਰਡਸ ਅਪਲਾਈ ਨਹੀਂ ਕਰ ਰਹੇ ਸੀ ਉਹ ਕਾਰਨ ਇਹ ਸੀ ਕਿ ਜਿਹੜੀਆਂ ਮੈਂ ਪਹਿਲਾਂ ਐਲੀਜੀਬਿਲਿਟੀ ਦੱਸੀਆਂ ਨੇ ਕੰਡੀਸ਼ਨਸ ਜੀ ਕਿ ਤੁਹਾਡਾ ਰੈਵਨਿਊ ਇੰਨਾ ਹੋਵੇ ਤੁਹਾਡਾ ਰੈਵਨਿਊ ਘਟਿਆ ਇੰਨਾ ਹੋਵੇ ਤੁਹਾਡਾ ਮੈਕਸਿਮਮ ਮੈਕਸਿਮਮ ਰੈਂਟ ਇੰਨਾ ਹੋਵੇ ਇਹ ਸਾਰੀਆਂ ਐਲੀਜੀਬਿਲਿਟੀ ਕੰਡੀਸ਼ਨਸ ਬਿਜ਼ਨਸ ਓਨਰ ਦੀਆਂ ਨੇ ਨਾ ਕਿ ਲੈਂਡ ਓਨਰ ਦੀਆਂ ਹਮਮ ਹੁਣ ਅਪਲਾਈ ਕਰਨਾ ਹੈ ਲੈਂਡ ਓਨਰ ਨੇ ਹਾਂ ਸੋ ਆਪਸ ਦੇ ਵਿੱਚ ਜੜਾ ਤਾਲਮੇਲ ਸੀ ਹਾਂ ਉਹਦੇ ਵਿੱਚ ਹੁਣ ਤੁਸੀਂ ਇਹ ਦੇਖੋ ਕਿ ਲੈਂਡਲਾਰਡ ਨੇ ਅਪਲਾਈ ਕਰਤਾ ਉਸ ਤੋਂ ਬਾਅਦ ਪਤਾ ਲੱਗਿਆ ਕਿ ਜੀ ਉਹ ਤਾਂ ਐਲੀਜੀਬਲ ਹੀ ਨਹੀਂ ਸੀ ਫਿਰ ਲੈਂਡਲਾਰਡ will be stuck with the loan that's right ਕਿਉਂਕਿ ਉਹਦੇ ਲੋਨ ਦੀ ਮਾਫੀ ਦੀ ਵੱਡੀ ਕੰਡੀਸ਼ਨ ਇਹ ਹੈ ਕਿ ਲੈਂਡਲਾਰਡ 75% ਦੀ ਤੱਕ ਜਿਹੜੀ ਹੈ ਰੈਂਟ ਦੀ ਸਹੂਲਤ ਮਾਫੀ ਦੀ ਸਹੂਲਤ ਜਿਹੜੀ ਹੈ ਉਹ ਟੈਨੈਂਟ ਨੂੰ ਮੁਹੱਈਆ ਕਰਾਏ ਜੇ ਟੈਨੈਂਟ ਐਲੀਜੀਬਲ ਹੀ ਨਾ ਹੋਇਆ ਤੇ 75% ਦੀ ਫਿਰ ਰੈਂਟ ਵੀ ਮਾਫ ਨਹੀਂ ਹੋਏਗਾ

ਜਿਹੜੇ ਲੋਕ एलिਜੀਬਲ ਸੀ ਉਹਨਾਂ ਨੂੰ ਮਿਲਿਆ ਉਹ ਫਰਗਿਵ ਹੋ ਜਾਣਾ ਜਿਨ੍ਹਾਂ ਦਾ ਪਤਾ ਲੱਗਿਆ ਕਿ ਨਹੀਂ ਇੱਥੇ ਤੇ एलिਜੀਬਿਲਟੀ ਸੀਗੀ ਨਹੀਂ ਤੇ ਉਧਰ ਫਿਰ ਲੋਨ ਫਰਗਿਵ ਨਹੀਂ ਹੋਣਾ ਹੁਣ ਚੱਕਰ ਉਹੀ ਆ ਕਿ ਇਹ ਸਾਰੇ ਦੇ ਸਾਰੇ ਇਹ ਕਾਰਵਾਈ ਨੂੰ ਸ਼ੁਰੂ ਕਰਨ ਦਾ ਜਿਹੜਾ ਜ਼ਿੰਮੇਵਾਰੀ ਸੀ ਉਹ ਲੈਂਡਲੋਰਡ ਦੇ ਸਿਰ ਤੇ ਪਾ ਦਿੱਤੀ ਗਈ ਸੋ ਹੁਣ ਜਿਹੜਾ ਕੱਲ ਇਹ ਨਵਾਂ ਐਮਰਜੈਂਸੀ ਆਰਡਰ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਵੀ ਲੈਂਡਲੋਰਡ ਆਪਣੇ ਕਿਰਾਏਦਾਰ ਨੂੰ ਸਮਾਲ ਬਿਜ਼ਨਸ ਓਨਰ ਨੂੰ ਕਿਰਾਇਆ ਨਾ ਦੇਣ ਕਰਕੇ ਨਹੀਂ ਕੱਢ ਸਕੇਗਾ ਜੇ ਲੈਂਡਲੋਰਡ ਨੇ ਇਸ ਰੈਂਟਲ ਅਸਿਸਟੈਂਸ ਪ੍ਰੋਗਰਾਮ ਵਾਸਤੇ ਅਰਜ਼ੀ ਨਾ ਦਿੱਤੀ ਹੋਈ ਹੋਵੇ ਐਗਜ਼ੈਕਟਲੀ ਸੋ ਜੇ ਕਿਸੇ ਨੇ ਆਪਣੇ ਟੈਨੈਂਟ ਨੂੰ স্মਲ ਬਿਜ਼ਨਸ ਓਨਰ ਨੂੰ ਇਵਿਕਟ ਕਰਨਾ ਤਾਂ ਉਹਨਾਂ ਨੂੰ ਇਹ ਦੇਖਣਾ ਪੈਣਾ ਕਿ ਜੀ ਅੱਛਾ ਕਿਰਾਇਆ ਨਹੀਂ ਦਿੰਦਾ ਓਕੇ ਜੇ ਕਿਰਾਇਆ ਨਹੀਂ ਦਿੰਦਾ ਸਪੈਸ਼ਲੀ ਆਹ ਅਪ੍ਰੈਲ ਮਈ ਜੂਨ ਵਾਲੇ ਮਹੀਨਿਆਂ ਦੌਰਾਨ ਤਾਂ ਕੀ ਉਸ ਲੈਂਡਲੋਰਡ ਨੇ ਇਸ ਪ੍ਰੋਗਰਾਮ ਵਾਸਤੇ ਐਪਲੀਕੇਸ਼ਨ ਕੀਤੀ ਸੀ ਜੇ ਨਹੀਂ ਕੀਤੀ ਤੁਸੀਂ ਇਹ ਵਿਕਟ ਨਹੀਂ ਕਰ ਸਕਦੇ ਸੋ ਕੈਰਲ ਜੇਮਸ ਦਾ ਇਹ ਕਹਿਣਾ ਸੀ ਕਿ ਸਾਡਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਲੈਂਡਲਾਰਡਸ ਨੂੰ ਇੱਕ ਤਰ੍ਹਾਂ ਨਾਲ ਇੱਕ ਪ੍ਰੇਰਣਾ ਦੇ ਸਕੇ ਇੱਕ ਨੱਜ ਕਰ ਸਕੀਏ ਕਿ ਤੁਸੀਂ ਇਸ ਪ੍ਰੋਗਰਾਮ ਵਾਸਤੇ ਐਪਲੀਕੇਸ਼ਨ ਦੇ ਦਿਓ ਐਗਜੈਕਟਲੀ ਤੇ ਇਹ ਸਹੂਲਤ ਵਿਜੇ ਉਦੋਂ ਤੱਕ ਮੁਹਿਆ ਰਹੇਗੀ ਜਦੋਂ ਤੱਕ ਇਹ ਜਿਹੜਾ ਕਮਰਸ਼ੀਅਲ ਰੈਂਟਲ ਅਸਿਸਟੈਂਸ ਪ੍ਰੋਗਰਾਮ ਚੱਲਦਾ ਰਹੇਗਾ ਅਨਦਰ ਇੰਪੋਰਟੈਂਟ ਪੁਆਇੰਟ ਯਸ ਜੋ ਕਿ ਜੂਨ ਦੇ ਅੰਤ ਤੱਕ ਚੱਲਣਾ ਹੈ ਪ੍ਰੋਗਰਾਮ ਐਜ਼ ਆਫ ਨਾਓ ਤੇ ਨਾਲ ਹੀ ਕੈਰਲ ਜੇਮਸ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਇਹ ਪ੍ਰੋਗਰਾਮ ਫਿਊਚਰ ਦੇ ਵਿੱਚ ਐਕਸਟੈਂਡ ਕੀਤਾ ਜਾਂਦਾ ਫੈਡਰਲ ਸਰਕਾਰ ਵੱਲੋਂ ਤਾਂ ਫਿਰ ਅਸੀਂ ਇਸ ਸਹੂਲਤ ਨੂੰ ਵੀ ਐਕਸਟੈਂਡ ਕਰਨ ਬਾਰੇ ਵਿਚਾਰ ਕਰਾਂਗੇ ਹਾਂ ਕਿਉਂਕਿ ਇਹ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਹੈ ਤੇ ਜੇ ਹੁਣ ਉਹ ਐਂਡ ਆਫ ਜੂਨ ਤੱਕ ਹੀ ਚੱਲਣਾ ਸੋ ਇਹ ਕੁਝ ਕੱਲ ਗੱਲਾਂ ਨਾਲ ਸਾਂਝੀਆਂ ਕੀਤੀਆਂ ਨਾਲ ਹੀ ਜਿਹੜਾ ਬਜਟ 2021 ਆ ਵਾ ਸੋ ਅਗਲੇ ਸਾਲ ਦਾ ਉਹਦੇ ਵਾਸਤੇ ਕੰਸਲਟੇਸ਼ਨਸ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੀ ਬੀਸੀ ਦੀ ਸਰਕਾਰ ਦੀ ਵੈਬਸਾਈਟ ਹੈ ਉਦੇ ਉੱਪਰ ਬਜਟ 2021 ਕੰਸਲਟੇਸ਼ਨ ਦੇ ਤਹਿਤ ਜਾ ਕੇ ਲੋਕੀ ਆਪਣੇ ਆਈਡੀਆ ਸਾਂਝੇ ਕਰ ਸਕਦੇ ਨੇ ਮੇਰੇ ਖਿਆਲ ਉਹ ਲਿੰਕ 26 ਜੂਨ ਤੱਕ ਖੁੱਲਾ ਰਹਿਣਾ ਹਾਂਜੀ ਤੇ ਵਿਜੇ ਉਹਦੇ ਵਿੱਚ ਜਾ ਕੇ ਲਿਖਤ ਰੂਪ ਦੇ ਵਿੱਚ ਵੀ ਆਡੀਓ ਵੀ ਤੇ ਵੀਡੀਓ ਬਣਾ ਕੇ ਵੀ ਮੈਸੇਜ ਜਿਹੜਾ ਹੈਗਾ ਆਪਣਾ ਤੁਸੀਂ ਛੱਡ ਸਕਦੇ ਹੋ ਕਿਉਂਕਿ ਕੈਰੋਲ ਜੇਮਸ ਨੇ ਕਿਹਾ ਵੀ ਇਹ ਰਿਕਵਰੀ ਬਜਟ ਹੋਣਾ ਤੇ ਇਹਦੇ ਵਿੱਚ ਅਗਲੇ ਸਾਲ ਦਾ ਜ਼ਾਹਿਰ ਗੱਲ ਹੈ ਜੀ ਤੇ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਕੋਲੋਂ ਪੁੱਛੀਏ ਕਿ ਉਹਨਾਂ ਦੀਆਂ ਪ੍ਰਾਥਮਿਕਤਾਵਾਂ ਕੀ ਨੇ ਕਿ ਉਹ ਇਸ ਬਜਟ ਵਿੱਚ ਕੀ ਕੀ ਚੀਜ਼ਾਂ ਦੇਖਣਾ ਚਾਹੁੰਦੇ ਨੇ ਤੇ ਕਹਿੰਦੇ ਇਸ ਕਰਕੇ ਇਹ ਕਾਨਸਲਟੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਸੋਮਵਾਰ ਤੋਂ ਵਿਜੇ ਇੱਕ ਟੈਲੀ ਕਾਨਫਰੈਂਸ ਤੇ ਪਬਲਿਕ ਹੀਅਰਿੰਗਸ ਵੀ ਕੀਤੀਆਂ ਜਾਣੀਆਂ ਨੇ ਸਰਕਾਰ ਵੱਲੋਂ ਜਿਦੇ ਵਿੱਚ ਸ਼ਮੂਲੀਅਤ ਕਰਕੇ ਲੋਕ ਆਪਣੇ ਵਿਚਾਰ ਸਾਂਝੇ ਕਰ ਸਕਣਗੇ ਜਿਹੜੀ ਵਾਸਤੇ ਉਹ ਬਜਟ ਕੰਸਲਟੇਸ਼ਨਸ ਹੁੰਦੀਆਂ ਨੇ ਨਾ ਹਰ ਸਾਲ ਚਲੋ ਇਹਦੇ ਬਾਰੇ ਗੱਲ ਤੇ ਹੁੰਦੀ ਆ ਵੀ ਲੋਕੋ ਆਪਣਾ ਆਪਣਾ ਜਿਹੜਾ ਤੁਹਾਡਾ ਪ੍ਰਤੀਕਰਮ ਹੈ ਤੁਹਾਡੇ ਆਈਡੀਆਜ਼ ਨੇ ਸਾਂਝੇ ਕਰੋ ਪਰ ਵੱਡੇ ਤੌਰ ਤੇ ਲੋਕੀ ਬਹੁਤੇ ਬੋਰਦੇ ਨਹੀਂ ਕਿਉਂਕਿ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਲੋਕਾਂ ਦਾ ਇਹ ਮੰਨਣਾ ਕਿ ਅਸੀਂ ਇਲੈਕਟਿਡ ਅਫੀਸ਼ੀਅਲ ਜਿਸ ਕਰਕੇ ਰੱਖੇ ਨੇ ਕੀ ਕੰਮ ਤੁਹਾਡਾ ਤੁਹਾਨੂੰ ਪਤਾ ਕਿ ਵਾਟ ਨੀਡਸ ਟੂ ਬੀ ਡਨ ਤੁਹਾਡੇ ਕੋਲ ਪੂਰਾ ਸੈਟਅਪ ਹੈ ਰਿਸਰਚ ਦਾ ਜਿਹੜੇ ਵਧੀਆ ਰਿਸਰਚ ਕਰਕੇ ਕੋਖ ਪਰਤਾਲ ਕਰਕੇ ਤੁਹਾਨੂੰ ਏਰੀਆਜ਼ ਦੇ ਸਕਦੇ ਨੇ ਪਰ ਇਹ ਮੇਰੇ ਖਿਆਲ ਲੀਕ ਡੈਮੋਕਰੈਟਿਕ ਐਕਸਰਸਾਈਜ਼ ਦੀ ਗੱਲ ਹੈ ਕਿ ਇਹ ਫਿਰ ਦੇਖਣ ਨੂੰ ਚੰਗਾ ਲੱਗਦਾ ਵੀ ਅਸੀਂ ਲੋਕਾਂ ਵਾਸਤੇ ਵੀ ਐਵੇਨਿਊ ਖੋਲਿਆ ਵੀ ਤੁਸੀਂ ਵੀ ਆਪਣੀ ਆਵਾਜ਼ ਸਾਡੇ ਤੱਕ ਡਾਇਰੈਕਟਲੀ ਪਹੁੰਚਾ ਸਕਦੇ ਪਰ ਉਹੀ ਹੈ ਨਾ ਵਿਜੇ ਕਿ ਨਾਰਮਲ ਸਰਕਮਸਟੈਂਸਸ ਵਿੱਚ ਸਰਕਾਰ ਤੋਂ ਐਕਸਪੈਕਟ ਕਰਨਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕੰਮ ਦਾ ਉਹ ਜਾਇਜ਼ ਗੱਲ ਹੈ ਪਰ ਇਹ ਅਨਪ੍ਰੈਸੀਡੈਂਟਿਡ ਸਿਚੁਏਸ਼ਨ ਹੈ ਬਿਲਕੁਲ ਇਹ ਕਿਸੇ ਨੂੰ ਨਹੀਂ ਪਤਾ ਕਿ ਇਹ ਸਿਚੁਏਸ਼ਨ ਪਹਿਲਾਂ ਕਦੀ ਆਈ ਨਹੀਂ ਦੈਟਸ ਰਾਈਟ ਅਜਿਹੀ ਸਿਚੁਏਸ਼ਨ ਤੇ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਪਹਿਲਾਂ ਵੀ ਦੇਖਿਆ ਕਿ ਫੈਡਰਲ ਸਰਕਾਰ ਵੀ ਜਿੰਨੇ ਵੀ ਪ੍ਰੋਗਰਾਮਸ ਬਣਾਏ ਗਏ ਨੇ ਉਹ ਸਾਰੇ ਲੋਕਾਂ ਦੀ ਸਲਾਹ ਲੈ ਕੇ ਮੀਡੀਆ ادارے ਦੀ ਸਲਾਹ ਲੈ ਕੇ ਤੇ ਲੋਕਲ ਪੋਲੀਟਿਸ਼ੀਅਨਸ ਦੀ ਸਲਾਹ ਲੈ ਕੇ ਬਣਾਏ ਗਏ ਨੇ ਤੇ ਇਹ ਕਨਸਲਟੇਸ਼ਨ ਦਾ ਮਾਹੌਲ ਹੈ ਸੇਖੋ ਇੱਕ ਬਹੁਤ ਜਿਹੜੀ ਬੜੀ ਵਧੀਆ ਗੱਲ ਹੋਈ ਹੈ ਬੜੀ ਜਿਹੜੀ ਹੈਰਾਨੀ ਵਾਲੀ ਇੰਟਰਸਟਿੰਗ ਗੱਲ ਹੋਈ ਹੈ ਨਾ ਇਹ ਸਾਰੇ ਘਟਨਾ ਚੱਕਰ ਚ ਉਹ ਹੈ ਕਿ ਸਰਕਾਰ ਦੇ ਪਲਾਨਸ ਦੀ ਫਲੈਕਸੀਬਿਲਟੀ ਕਿੰਨੀ ਰਹੀ ਕਿ ਨਾਰਮਲੀ ਹੁੰਦਾ ਵੀ ਸਰਕਾਰ ਦਾ ਕੰਮ ਬਹੁਤ ਮੱਠੀ ਪੇਸ ਤੇ ਚੱਲਦਾ ਹੈ ਇੰਨੀ ਛੇਤੀ ਨਾ ਐਕਸਪੈਕਟ ਕਰੋ ਇਹ ਸਰਕਾਰੀ ਕੰਮ ਆ ਪਰ ਸਰਕਾਰੀ ਕੰਮ ਜਿਹੜੇ ਕਿ ਨਾਰਮਲੀ ਕਈ ਸਾਲ 2 ਸਾਲ ਚ ਹੁੰਦੇ ਸੀ ਉਹ ਕਈ ਵਾਰ ਤੇ ਦੋ ਦਿਨਾਂ ਦੇ ਵਿੱਚ ਇੰਪਲੀਮੈਂਟ ਕੀਤੇ ਗਏ ਨੇ ਤੇ ਇਹੀ ਡੈਮੋਕਰੇਸੀ ਦਾ ਸਵਾਲ ਹੈ ਇਹੀ ਸਵਾਲ ਹੈ ਕਿ ਜਦੋਂ ਤਾਂ ਸਾਰੇ ਜਿਹੜੇ ਪਾਰਟਿਸਪੈਂਟ ਨੇ ਉਹ ਪਾਰਟਿਸਪੈਂਟ ਨਾ ਬਣ ਕੇ ਬਾਏ ਸਟੈਂਡਰਡਸ ਬਣ ਜਾਣ ਕਿ ਬਾਹਰ ਖੜੇ ਹੋ ਕੇ ਤਮਾਸ਼ਾ ਦੇਖ ਰਹੇ ਹਾਂ ਮੈਂ ਤੁਸੀਂ ਕਰੋ ਸਾਨੂੰ ਨਹੀਂ ਪਤਾ ਅਕਸਰ ਅਸੀਂ ਸਾਰੇ ਜਿੱਥੋਂ ਜਸ ਬੈਕਗ੍ਰਾਉਂਡ ਤੋਂ ਆਉਂਦੇ ਆ ਜਿਹੜੇ ਥਰਡ ਵਰਲਡ ਕੰਟਰੀ ਤੋਂ ਆਪਾਂ ਆਉਂਦੇ ਆ ਉੱਥੇ ਅਸੀਂ ਦੇਖਿਆ ਕਿ ਡੈਮੋਕ੍ਰੇਸੀ ਸਾਨੂੰ ਹਮੇਸ਼ਾ ਇਦਾਂ ਲੱਗਦਾ ਸਰਕਾਰ ਦੀ ਕਾਰਵਾਈ ਹਮੇਸ਼ਾ ਇਦਾਂ ਲੱਗਦੀ ਹੈ ਕਿਤੇ ਕੋਈ ਦੂਰ ਕੋਈ ਕਾਰਵਾਈ ਚੱਲ ਰਹੀ ਹੈ ਹਾਂ ਤੇ ਸਾਡਾ ਉੱਤੇ ਕੋਈ ਵਸ ਨਹੀਂ ਹੈ ਦੈਟਸ ਰਾਈਟ ਕਾ ਹਫ਼ਤਾ ਵੀ ਬੜੀਆਂ ਹੋਈਆਂ ਦਿੱਲੀ ਦੂਰ ਹੈ ਦਿੱਲੀ ਦੂਰ ਹੈ ਸਹੀ ਗੱਲ ਹੈ ਹਾਂ ਤੇ ਉਹ ਲੱਗਦਾ ਨਹੀਂ ਹੈ ਕਿ ਇੰਨਾ ਜ਼ਿਆਦਾ ਕੌਜ਼ ਐਂਡ ਇਫੈਕਟ ਦਾ ਆਪਸ ਦੇ ਵਿੱਚ ਤਾਲਮੇਲ ਹੈ ਕਿ ਅਸੀਂ ਜੇ ਇਦਾਂ ਕਰਾਂਗੇ ਤੇ ਉਹ ਐਕਚੁਅਲ ਦੇ ਵਿੱਚ ਸਰਕਾਰ ਦੀ ਪਾਲਿਸੀ ਦੇ ਵਿੱਚ ਰਿਫਲੈਕਟ ਕਰੇਗਾ ਹੂੰ ਬਿਲਕੁਲ ਕੌਜ਼ ਐਂਡ ਇਫੈਕਟ ਬਿਲਕੁਲ ਇੱਥੇ ਆ ਕੇ ਇਹ ਗੱਲ ਮਹਿਸੂਸ ਹੁੰਦੀ ਹੈ ਤੇ ਮੋਰ ਸੋ ਇਨ ਦਾ ਕਰੰਟ ਸਰਕਮਸਟੈਂਸਸ ਇੱਕ ਵਾਰ ਸੋ ਇਹ ਵੀ ਆ ਨਾ ਸਿਆਸਤ ਦੇ ਪੇੜ ਬਾਰੇ ਗੱਲੇ ਬੜੀ ਮਸ਼ਹੂਰ ਆ ਵੀ ਸਿਆਸਤ ਦੇ ਹਾਥੀ ਦੇ ਖਾਣ ਦੇ ਦੰਦ ਹੋਰ ਤੇ ਦਿਖਾਣ ਦੇ ਹੋਰ ਹੁੰਦੇ ਨੇ ਪਰ ਇਹ ਕੋਵਿਡ 19 ਨੇ ਉਹ ਹਾਥੀ ਦੇ ਸਾਰੇ ਦੰਦ ਏਟਲੀਸਟ ਇਸ ਸੈਟਅਪ ਦੇ ਵਿੱਚ ਕੈਨੇਡਾ ਦੇ ਵਿੱਚ ਉਹ ਹਾਥੀ ਦੇ ਸਾਰੇ ਦੰਦ ਫੇਰ ਵੀ ਐਕਸਪੋਜ਼ ਕਰ ਦਿੱਤੇ ਨੇ ਉਹਨਾਂ ਨੇ ਆਪ ਹੀ ਦਿਖਾ ਦਿੱਤੇ ਨੇ ਆ ਵੀ ਇੰਨਾ ਕੁਝ ਹੈ ਇੰਨੇ ਕਿ ਸਾਡੇ ਕੋਲ